ਸਾਜਣ ਪ੍ਰੀਤ ਲਗਾ ਕੇ ਵਸੋ ਹਮਾਰੀ ਨਗਰੀ ਮੇ ਮੋਹੇ ਸੁੰਦਰ ਮੁਖ ਦਿਖਲਾ 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 ਜਾ ਹੋ ਕਦੀਆ ਮਿਲਸਾਂ ਵਲ ਯਾਰ ਕਿਆ ਬਾਤ ਹੈ ਜੀ, ਕਿਆ ਹੀ ਬਾਤ ਹੈ। ਲੈ ਵੀ ਮੁੰਡਿਆ ਤੋ ਗੱਲਬਾਤ ਬਣਾਤੀ ਹੈ ਸ਼ੁਰੂਆਤ, ਮਤਲਬ ਜਿਹੜੀ ਸਟੈਂਡਿੰਗ ਓਵੇਸ਼ਨ ਦੀ ਹੋਈ ਹੈ ਸਾਡੇ ਅੱਜ ਦੇ ਐਪੀਸੋਡ ਤੋਂ। ਕਿਆ ਹੀ ਬਾਤ ਹੈ ਜੀ, ਮਤਲਬ ਅੱਜ ਦੇ ਐਪੀਸੋਡ ਵਿੱਚ ਸਾਡੇ ਰਾਹੁਲ ਦੀ ਪਰਫਾਰਮੈਂਸ ਨੂੰ ਦੇਖ ਕੇ ਸਾਰੇ ਦੇ ਸਾਰੇ ਜੱਜਿਸ ਖੜੇ ਹੋ ਗਏ ਨੇ, ਕਮਾਲ ਜੀ। ਸਲੀਮ ਭਾਅ ਜੀ ਕੀ ਕਹਿਣਾ ਚਾਹੋਗੇ ਜੀ? ਮੈਨੂੰ ਅੱਛਾ ਲੱਗਿਆ ਇਹਦਾ ਪਰਫਾਰਮ। ਇਸ ਮੁੰਡੇ 'ਚ ਨਾ ਮੈਂ ਚੇਂਜ ਹੁੰਦਾ ਦੇਖਿਆ ਪਿਛਲੇ ਐਪੀਸੋਡ 'ਚ, ਇਹ ਪਿਛਲੇ ਨਾਲੋਂ ਵਧੀਆ ਸੀ। ਇਸ ਐਪੀਸੋਡ 'ਚ ਇਹ ਪਿਛਲੇ ਐਪੀਸੋਡ ਨਾਲੋਂ ਵਧੀਆ, ਇਹਨੇ ਬਹੁਤ ਅੱਛਾ ਗਾਇਆ। ਕਲਾਸੀਕਲ ਵੋਇਸ ਹੁੰਦੀ ਨਾ ਜਿੱਦਾਂ, ਅਤੇ ਉਹ ਅੱਜ ਝਲਕ ਰਹੀ ਸੀ, ਬਹੁਤ ਅੱਛਾ ਲੱਗਿਆ ਮੈਨੂੰ ਗਾਣਾ। ਵੈਰੀ ਗੁੱਡ, ਡਨ, ਥੈਂਕ ਯੂ ਭਾਅ ਜੀ। ਕਲੀਅਰ ਭਾਅ ਜੀ, ਬਹੁਤ ਅੱਛਾ ਯਾਰ, ਬਹੁਤ ਚੰਗਾ ਗਾਣਾ ਲੱਗਾ ਤੇਰਾ,
ਬੜਾ ਅਪੀਲ ਕੀਤਾ ਦਿਲ ਤੇ ਸਿੱਧਾ ਠਾਹ ਕਰਕੇ ਵੱਜਿਆ। ਖੁਸ਼ ਰਹੀ ਸਰ। ਥੈਂਕ ਯੂ ਭਾਜੀ। ਸਚਿਨ ਭਾਜੀ ਯਾਰ, ਇਹ ਮੁੰਡਾ ਐਕਚੁਲੀ ਨਾ ਅੱਜ ਇਨਾਮ ਦਾ ਹੱਕਦਾਰ। ਇਹ ਮੇਰੇ ਵੱਲੋਂ ਤੈਨੂੰ ਇਹ ਸਿਰਫ ਆਸ਼ੀਰਵਾਦ ਦੇ ਤੌਰ 'ਤੇ ਹੈ, ਇਹਨੂੰ ਸੰਭਾਲ ਕੇ ਰੱਖ। ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ। ਫਿਰੋਜ਼ ਭਾਜੀ ਕੀ ਕਹਿਣਾ ਚਾਹੋਗੇ ਜੀ? ਕੁਛ ਲੋਕ ਹੁੰਦੇ ਨੇ ਜਿਹੜੇ ਰਜਿਸਟਰਡ ਹੋ ਜਾਂਦੇ ਨੇ ਦਿਲ ਦੇ ਉੱਤੇ, ਸਾਈਨ ਕਰ ਜਾਂਦੇ ਨੇ ਕਿ ਮੈਂ ਤੈਨੂੰ ਮਿਲਿਆ ਸੀ ਅੱਜ ਅਤੇ ਤੂੰ ਲਾਈਫ ਟਾਈਮ ਯਾਦ ਰੱਖੇ। ਮੈਂ ਅਤੇ ਰਾਹੁਲ ਨੂੰ ਇੱਕ ਜੱਫੀ ਪਾਊਂਗਾ ਘੁੱਟ ਕੇ। ਲਵ ਯੂ। ਬਹੁਤ ਹੀ ਅੱਛਾ ਗਾਇਆ ਰਾਹੁਲ, ਖੁਸ਼ ਰਹੋ। ਥੈਂਕ ਯੂ ਸੋ ਮਚ ਭਾਜੀ।